ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 18/8/2018 ਨੂੰ ਵਾਰਡ ਨੰਬਰ 42 ਵਿਖੇ ਪਹਿਲਾ ਬੈਂਚ ਪ੍ਰੈਸ ਮੁਕਾਬਲਾ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਫਤਿਹ ਯੂਥ ਕਲੱਬ ਦੀ ਇਹ ਮਨੋਕਾਮਨਾ ਵੀ ਸਾਡਾ ਵਾਰਡ ਨੰਬਰ 42 ਆ ਜੋ ਇਹ ਬਿਲਕੁਲ ਨਸ਼ਿਆਂ ਤੋਂ ਮੁਕਤ ਹੋਵੇ ਅਤੇ ਜੋ ਵੀ ਸਾਡੇ ਨੌਜਵਾਨ ਯੂਥ ਆ ਇਹ ਨਸ਼ਿਆਂ ਤੋਂ ਦੂਰ ਰਹਿਣ ਅੱਜ ਸਾਡੇ ਇਸ ਬੈਂਚ ਪ੍ਰੈਸ ਮੁਕਾਬਲੇ ਦੇ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲਿਆ ਅਤੇ ਅਸੀਂ ਅੱਗੇ ਤੋਂ ਵੀ ਫਤਿਹ ਯੂਥ ਕਲੱਬ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਮੋਹਰੀ ਹੋ ਕੇ ਕੰਮ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੋ ਫਤਿਹ ਯੂਥ ਕਲੱਬ ਹੈ ਇਸ ਕਲੱਬ ਨੂੰ ਇਹ ਜੋ ਅੱਜ ਦਾ ਪ੍ਰੋਗਰਾਮ ਹੈ ਉਲੀਕਿਆ ਗਿਆ ਹੈ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਨਸ਼ਾ ਰਹਿਤ ਕਰਨ ਵਾਸਤੇ ਨਸ਼ਾ ਰਹਿਤ ਰੱਖਣ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਹੈ ਸਾਰੇ ਮੈਂਬਰ ਨੇ ਜਿਹੜੇ ਵਧਾਈ ਦੇ ਹੱਕਦਾਰ ਨੇ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਸਾਰਿਆਂ ਨੂੰ ਇਸ ਨਾਲ ਜੁੜਨਾ ਚਾਹੀਦਾ ਹੈ ਅਤੇ ਇਹ ਜੋ ਨਸ਼ਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਜਿਹੜੇ ਕੋਈ ਸੱਜਣ ਮਿੱਤਰ ਨਸ਼ੇ ਕਰਦਾ ਵੀ ਹੈ ਪਤਾ ਹੈ ਕਿਤੇ ਨਸ਼ੇ ਕਰਦਾ ਉਹਨੂੰ ਅੱਛੇ ਤੋਂ ਹਟਾਉਣਾ ਚਾਹੀਦਾ ਤਾਂ ਕਿ ਸਾਡੀ ਜੋ ਪੰਜਾਬ ਦੀ ਜਵਾਨੀ ਹੈ ਬਰਕਰਾਰ ਰਹਿ ਸਕੇ ਜੋ ਸਾਡਾ ਝੰਡਾ ਪੰਜਾਬ ਦਾ ਬੁਲੰਦ ਹੈ ਉਹ ਬੁਲੰਦ ਰਹਿ ਸਕੇ ਕਿਉਂਕਿ ਜੇ ਨਸ਼ੇ ਨੇ ਸਰਕਾਰ ਬਣੀ ਜਾਣ ਬੁੱਝ ਕੇ ਲੋਕਾਂ ਨੂੰ ਖਿਲਾਏ ਜਾ ਰਹੇ ਨੇ ਜਵਾਨੀ ਨੂੰ ਖਤਮ ਕਰਨ ਵਾਸਤੇ ਬਰਬਾਦ ਕਰਨ ਵਾਸਤੇ ਖਿਲਾਏ ਜਾ ਰਹੇ ਨੇ ਸਾਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਕਿ ਅਸੀਂ ਨਸ਼ਿਆਂ ਦਾ ਬਾਈਕਾਟ ਕਰੀਏ ਨਸ਼ਿਆਂ ਤੋਂ ਪਰਹੇਜ਼ ਕਰੀਏ ਜੋ ਨਸ਼ਾ ਹੈ ਗੁਰਬਾਣੀ ਵਿੱਚ ਵੀ ਗੁਰੂ ਪਾਤਸ਼ਾਹ ਜੀ ਨੇ ਅਮਲ ਪ੍ਰਸ਼ਾਦੇ ਦਾ ਦੱਸਿਆ ਹੈ ਕਿ ਅਮਲ ਪ੍ਰਸ਼ਾਦੇ ਰੱਖਣਾ ਹੈ ਤਾਂ ਪ੍ਰਸ਼ਾਦਾ ਛਕਣਾ ਉਹਦੇ ਨਾਲ ਹੀ ਅਮਲ ਬਹੁਤ ਹੈ ਸਾਨੂੰ ਉਹ ਦੁਨਿਆਵੀ ਨਸ਼ੇ ਜੋ ਮਾਰੂ ਨਸ਼ੇ ਨੇ ਜੋ ਸਾਡੀ ਸਿਹਤ ਨੂੰ ਖਰਾਬ ਕਰਦੇ ਨੇ ਉਹ ਨਸ਼ਿਆਂ ਦਾ ਬਾਈਕਾਟ ਕਰਨਾ ਚਾਹੀਦਾ ਦੂਰ ਰਹਿਣਾ ਚਾਹੀਦਾ ਜੇ ਕੋਈ ਸੱਜਣ ਮਿੱਤਰ ਨਸ਼ਾ ਕਰਨ ਦਾ ਪਤਾ ਲੱਗਦਾ ਉਹਨੂੰ ਵੀ ਹਟਾਉਣਾ ਚਾਹੀਦਾ ਤੋ ਅਸੀਂ ਗੁਰਦੁਆਰਾ ਕੌਂਸਲ ਬਣੀਓ ਇਸ ਸਾਰੇ ਜੋ ਕਲੱਬ ਦੇ ਮੈਂਬਰ ਨੇ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਬਹੁਤ ਵਧੀਆ ਹੋ ਕੇ ਇਹਨਾਂ ਨੇ ਕੰਮ ਕੀਤਾ ਹੈ ਪਰ ਅੱਗੇ ਵਾਸਤੇ ਵੀ ਜੋ ਵੀ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਾਡੇ ਵੱਲੋਂ ਸੇਵਾ ਦੀ ਲੋੜ ਹੋਵੇਗੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਜਿਹੜੇ ਗੁਰਦੁਆਰਾ ਕੌਂਸਲ ਦੇ ਸਾਰੇ ਮੈਂਬਰ ਨੇ ਪੂਰਨ ਸਹਿਯੋਗ ਦੇਣਗੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ लुधियाना से गुरमीत निज्जर की रिपोर्ट कैमरामैन रवि शर्मा के साथ फॉक्स.पंजाबी योर सिटी योर न्यूज़।